SSTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਾਣਾ ਸਦੋਲ ਸਤਿ ਸ਼੍ਰੀ ਅਕਾਲ ਅਤੇ ਅੱਜ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਜਿਵੇਂ ਅਸੀਂ ਪਿਛਲੇ ਦਿਨਾਂ ਤੋਂ ਬੜੀ ਸ਼ਿੱਦਤ ਦੇ ਨਾਲ ਦੱਸ ਰਹੇ ਹਾਂ ਕਿ ਆਪਣੇ ਬ੍ਰੈਂਪਟਨ ਦੇ ਬਿਲਕੁਲ ਵਿਚਕਾਰ ਇੱਕ ਬਹੁਤ ਹੀ ਵਧੀਆ ਹਾਈ ਐਂਡ ਦਾ ਸਟੋਰ ਖੁੱਲ੍ਹਿਆ, ਸੋ ਜਿੱਥੋਂ ਤੁਸੀਂ ਇਲੈਕਟ੍ਰੋਨਿਕਸ ਦਾ ਸਮਾਨ ਤੁਸੀਂ ਖਰੀਦ ਸਕਦੇ ਹੋ। ਆਮ ਤੌਰ ਦੇ ਉੱਪਰ ਤੁਸੀਂ ਇਲੈਕਟ੍ਰੋਨਿਕਸ ਦੇ ਵੱਖ ਵੱਖ ਸਟੋਰਾਂ ਦੇ ਵਿੱਚ ਜਿਹੜੇ ਮੇਨ ਸਟ੍ਰੀਮ ਦੇ ਵੀ ਨੇ ਤੁਹਾਡਾ ਉੱਥੇ ਵੀ ਚੱਕਰ ਲੱਗਦਾ ਹੋਵੇਗਾ, ਜਿਹੜੇ ਆਪਣੀ ਕਮਿਊਨਿਟੀ ਦੇ ਨੇ ਉੱਥੇ ਵੀ ਤੁਹਾਡਾ ਚੱਕਰ ਲੱਗਦਾ ਹੋਵੇਗਾ। ਪਰ ਮੇਰੇ ਕਹਿਣ 'ਤੇ ਇੱਕ ਵਾਰੀ ਇੱਥੇ ਗੇੜਾ ਜ਼ਰੂਰ ਮਾਰ ਕੇ ਜਾਇਓ। ਜਿੱਦਣ ਮੈਂ ਪਹਿਲੇ ਦਿਨ ਇਸ ਸਟੋਰ 'ਤੇ ਆਇਆ, ਜਦੋਂ ਫਿਰ ਇਹਨਾਂ ਦੇ ਜਿਹੜੇ ਇਕਿਪਮੈਂਟ ਦੇਖਿਆ, ਔਰ ਮੈਂ ਕੁਝ ਕੁ TV ਜਿਹੜੇ ਸਨ ਉਹ ਪਹਿਲੀ ਵਾਰ ਦੇਖੇ ਸੀ, ਸੋ ਮੈਂ ਕਈ ਵਾਰ ਉਹਨੂੰ ਉਹਦੇ ਵੱਲ ਸੰਗਦਾ ਵੀ ਦੇਖਦਾ ਸੀ ਕਿ ਇਹ ਕੀ ਸੋਚਣਗੇ ਵੀ ਇਹਨੇ ਪਹਿਲਾਂ ਇੱਦਾਂ ਦਾ TV ਨਹੀਂ ਦੇਖਿਆ ਕਦੇ। ਪਰ ਮੈਂ ਬਿਲਕੁਲ ਦਿਲੋਂ ਬੋਲ ਰਿਹਾ ਜੀ ਕਿ ਮੈਂ ਕਰਵ ਸਕਰੀਨ 4K ਟੈਕਨੋਲੋਜੀ ਦਾ ਇਹ ਨਵਾਂ TV ਦੇਖਿਆ ਨਹੀਂ ਸੀ। ਸੋ ਅੱਜ ਆਪਾਂ ਪਰਟੀਕੁਲਰਲੀ ਗੱਲਬਾਤ ਕਰਾਂਗੇ ਜਿਹੜੇ ਅਪਲਾਈਂਸਿਸ ਦੀ। ਸੋ ਇਹਨਾਂ ਦੇ ਕੋਲ ਇੱਥੇ ਜਿਹੜਾ ਡਿਸਪਲੇ ਦੇ ਉੱਪਰ ਅਪਲਾਈਂਸਿਸ ਲੱਗੇ ਨੇ ਉਹਦੇ ਬਾਰੇ ਮੈਂ ਗੁਰਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਦਾ। ਜੀ ਆਇਆਂ ਨੂੰ ਸਵਾਗਤ ਹੈ ਜੀ, ਕੀ ਹਾਲ ਚਾਲ ਹੈ? ਠੀਕ ਠਾਕ, ਤੁਸੀਂ ਸੁਣਾਓ? ਥੈਂਕ ਯੂ ਸੋ ਮਚ ਜੀ ਮੈਨੂੰ ਪਹਿਲਾਂ ਤਾਂ ਟਾਈਮ ਦੇਣ ਦੇ ਲਈ, ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਟੌਪ ਆਫ ਦਾ ਲਾਈਨ ਜਿਹੜਾ ਇਹ ਸ਼ੈਫ ਕਲੈਕਸ਼ਨ ਸੈਮਸੰਗ ਹੈਗਾ ਜਿਹਦੇ ਸਾਹਮਣੇ ਤੁਸੀਂ ਖੜੇ ਜੀ, ਜਿਹਦੇ ਵਿੱਚ ਪਹਿਲੀ ਵਾਰੀ ਸੈਮਸੰਗ ਨੇ 34 ਕਿਊਬਿਕ ਫੀਟ ਦਾ ਫਰਿੱਜ ਕੱਢਿਆ ਜੀ, ਜਿਹੜਾ ਲੱਗਾ ਵੀ ਤੁਹਾਡੇ ਸਾਹਮਣੇ। ਇਹਦੇ ਵਿੱਚ ਹੀ ਮੈਂ ਜੇ ਖੋਲ੍ਹ ਕੇ ਵੀ ਦਿਖਾਉਣਾ ਚਾਹੂੰਗਾ ਕਸਟਮਰਸ ਨੂੰ, ਬਿਲਕੁਲ ਵੈਰੀ ਬਿਗ ਹੈਗਾ ਜੀ, 34 ਕਿਊਬਿਕ ਫੀਟ ਦਾ। ਟ੍ਰਿਪਲ ਕੂਲਿੰਗ ਦੇ ਨਾਲ ਮੈਟਲ ਕੂਲਿੰਗ ਦਿੱਤੀ ਜੀ ਪਹਿਲੀ ਵਾਰੀ, ਅਤੇ ਨਾਲ ਇਹਦੇ 4 ਡੋਰਸ ਪੋਕਿਟ ਹੈਂਡਲ ਦੇ ਨਾਲ ਲਾਈਆਂ ਜੀ। ਜੇ ਤੁਸੀਂ ਦੇਖੋਗੇ ਜੀ ਜਿਹੜਾ ਇਹ ਸੈਕਸ਼ਨ ਆ, ਦੋਨੇ ਫਰੀਜ਼ਰ ਆ ਵੈਸੇ, ਪਰ ਆਹ ਸੈਕਸ਼ਨ ਤੁਸੀਂ ਐਜ਼ ਏ ਫਰਿੱਜ ਅਤੇ ਫਰੀਜ਼ਰ ਕਨਵਰਟੇਬਲ ਬਣਾਇਆ ਜਿਨ੍ਹਾਂ ਨੇ। ਸੋ ਤੁਸੀਂ ਜੇ ਕਸਟਮਰ ਜਿਹੜੇ ਜਿਹਨਾਂ ਦੀ ਫਰਿੱਜ ਜ਼ਿਆਦਾ ਯੂਜ਼ ਹੁੰਦੀ ਆ ਉਹ ਇਸ ਸੈਕਸ਼ਨ ਨੂੰ ਐਜ਼ ਏ ਫਰਿੱਜ ਯੂਜ਼ ਕਰ ਸਕਦੇ ਆ, ਜਿਹੜਾ ਫਰੀਜ਼ਰ ਜ਼ਿਆਦਾ ਯੂਜ਼ ਕਰਦੇ ਉਹ ਐਜ਼ ਏ ਬੋਥ ਪਾਰਟਸ ਨੂੰ ਫਰੀਜ਼ਰ ਯੂਜ਼ ਕਰ ਸਕਦੇ। ਕਿਉਂਕਿ ਆਮ ਤੌਰ 'ਤੇ ਕੀ ਹੁੰਦਾ, ਜਿਹੜਾ ਫਰੀਜ਼ਰ ਜਿਹੜਾ ਉਹ ਖੁੱਲ੍ਹਾ ਡੱਬਾ ਜਿਹਾ ਹੁੰਦਾ, ਉੱਥੇ ਜਿਹੜੇ ਜਿੰਨਾ ਫਰੋਜ਼ੇਬਲ ਫੂਡ ਹੁੰਦਾ ਆ ਉਹ ਸਾਰਾ ਢੇਰ ਲੱਗ ਜਾਂਦਾ, ਔਰ ਕਈ ਵਾਰੀ ਜਿਹੜਾ ਉਹ ਚੇਤਾ ਨਹੀਂ ਹੁੰਦਾ ਵੀ ਆਹ ਵੀ ਚੀਜ਼ ਲਿਆਉਂਦੀ ਆ ਜੀ, ਉਹ ਜਦੋਂ ਤੱਕ ਫਿਰ 3-4 ਮਹੀਨਿਆਂ ਬਾਅਦ ਉਹ ਕੱਢਦੇ ਆ ਅਤੇ ਉਹ ਖਰਾਬ ਹੋਈ ਹੁੰਦੀ ਆ, ਐਕਸਪਾਇਰ ਹੋਈ ਹੁੰਦੀ ਆ, ਅਤੇ ਜਾਂ ਫਿਰ ਉੱਥੇ ਥੱਲੇ ਕੋਈ ਪਾਣੀ ਜਿਹੜਾ ਉਹ ਜਦੋਂ ਸਾਰਾ ਤੁਸੀਂ ਉਹਨੂੰ ਨਾਸਾਂ ਹੀ ਤੁੰਨ ਦਿੰਦੇ ਆ ਜੀ। ਬਿਲਕੁਲ, ਬਹੁਤ ਮੈਨੇਜੇਬਲ ਡਰੋਰ ਲੱਗੇ ਜੀ, ਇਹਦੇ ਵਿੱਚ ਕੋਈ ਵੀ ਇੱਕ ਦੂਜੇ ਦੇ ਉੱਪਰ ਆਈਟਮ ਨਹੀਂ ਪਈ, ਤੁਸੀਂ ਬਹੁਤ ਸੋਹਣੇ ਮੈਨੇਜੇਬਲ ਡਰੋਰਸ ਦੇ ਨਾਲ ਲਾਏ ਹੋਏ ਆ, ਯੂਜ਼ ਕਰਕੇ ਬੜੇ ਔਰਗਨਾਈਜ਼ ਤਰੀਕੇ ਨਾਲ ਆਪਣਾ ਫੂਡ ਰੱਖ ਸਕਦੇ ਹਾਂ ਜੀ। ਉੱਤੇ ਵੀ ਸਾਰੀਆਂ ਐਡਜਸਟੇਬਲ ਸ਼ੈਲਫਸ ਹੈਗੀਆਂ, ਜੇ ਤੁਸੀਂ ਕੋਈ ਲੰਬੀ ਚੀਜ਼ ਰੱਖਣੀ ਆ ਉਹਦੇ ਲਈ ਐਡਜਸਟੇਬਲ ਸ਼ੈਲਫ ਆ, ਇਸ ਤਰੀਕੇ ਆ ਵੀ ਐਡਜਸਟੇਬਲ ਸ਼ੈਲਫਸ ਹੈਗੀਆਂ। ਇੱਕ ਬਹੁਤ ਜਿਹੜੀ ਬਿਹਤਰੀਨ ਅਤੇ ਪਹਿਲੀ ਵਾਰੀ ਚੀਜ਼ ਆ ਜੀ, ਸੋਡਾ ਮੇਕਰ, ਇਹਦੇ ਵਿੱਚ ਹੀ ਸੋਡਾ ਮੇਕਰ ਬਿਲਟਨ ਲੱਗਾ ਹੋਇਆ ਜੀ। ਅੱਛਾ ਜੀ। ਸੋ ਤੁਸੀਂ ਇਸ ਫਰਿੱਜ ਦੇ ਵਿੱਚ ਸੋਡਾ ਸਿਲੰਡਰ ਲਾਉਣਾ ਜੀ, ਲਿਖਿਆ ਵੀ ਹੋਇਆ ਸੋਡਾ ਸਿਲੰਡਰ, ਉਹ ਤੁਸੀਂ ਲਿਆ ਕੇ ਇੱਥੇ ਫਿੱਟ ਕਰਨਾ ਜੀ। ਅੱਛਾ। ਅਤੇ ਤੁਹਾਨੂੰ ਸਪਾਰਕਲਿੰਗ ਸੋਡਾ ਵਾਟਰ ਫਰਿੱਜ ਤੋਂ ਹੀ ਮਿਲਿਆ ਕਰੂਗਾ ਜੀ। ਠੀਕ ਹੈ। ਹਾਂਜੀ, ਜਿਹੜੇ ਪੀਣ ਵਾਲੇ ਨੇ ਜੀ ਉਹਨਾਂ ਦੇ ਮੌਜਾਂ, ਪੀਣ ਵਾਲੇ ਵੀ ਅਤੇ ਆਪਣੇ ਕੋਕ ਵਗੈਰਾ ਜਾਂ ਜਿਹੜੇ ਆਪਣੇ ਬੈਵਰੇਜ ਹੁੰਦੇ ਆ ਉਹਨਾਂ ਦੇ ਸਿਲੰਡਰ ਵੀ ਮਿਲਦੇ ਜੀ। ਠੀਕ ਹੈ। ਉਹ ਸਿਲੰਡਰ ਲਾ ਕੇ ਤੁਸੀਂ ਫਲੇਵਰਡ ਵਾਟਰ ਵੀ ਇੱਥੋਂ ਲੈ ਸਕਦੇ ਜੀ। ਸੋ ਬਿਲਕੁਲ ਜੀ, ਇਕੱਲੇ ਪੀਣ ਵਾਲੇ ਨਹੀਂ, ਜਿਹਨਾਂ ਦੇ ਗੈਸ ਬਣਦੀ ਉਹ ਵੀ ਇੱਥੋਂ ਲੈ ਸਕਦੇ। ਇੱਕ ਹੋਰ ਗੱਲ ਇਹਦੀ ਬੜੀ ਖਾਸ ਹੈ ਜੀ ਕਿ ਡਿਸਪਲੇ ਇਹਨਾਂ ਨੇ ਵਿੱਚ ਹੀ LEDs ਲਾਈਆਂ ਹੋਈਆਂ, ਅਤੇ ਇਹ ਬਿਲਕੁਲ ਸਮਜ ਪਰੂਫ ਸਟੀਲ ਆ ਜੀ, ਇਹ ਪਹਿਲੀ ਵਾਰੀ ਸੈਮਸੰਗ ਨੇ ਕੱਢਿਆ। ਜਿਹੜੇ ਕਸਟਮਰ ਪਹਿਲਾਂ ਸਟੇਨਲੈਸ ਸਟੀਲ ਅਪਲਾਈਂਸ ਯੂਜ਼ ਕਰ ਚੁੱਕੇ ਆ ਉਹਨਾਂ ਨੂੰ ਪ੍ਰੋਬਲਮ ਸਫਾਈ ਦੀ ਬਹੁਤ ਆਉਂਦੀ ਸੀ ਕਿ ਹੱਥਾਂ ਦੇ ਨਿਸ਼ਾਨ ਵਗੈਰਾ ਲੱਗ ਜਾਂਦੇ ਜੀ, ਉਹ ਵੀ ਪ੍ਰੋਬਲਮ ਇਹਨਾਂ ਨੇ ਕੱਢਤੀ, ਕੋਈ ਹੱਥ ਦਾ ਨਿਸ਼ਾਨ ਕਿਸੇ ਤਰ੍ਹਾਂ ਦਾ ਵੀ ਇੱਥੇ ਨਹੀਂ ਲੱਗਾ ਕਰਨਾ ਜੀ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਔਰ ਆਹ ਦੇਖੋ ਜੀ, ਬਾਹਰੋਂ ਦੇਖਣ ਨੂੰ ਬਿਲਕੁਲ ਸਟੀਲ ਲੱਗਦੀ ਆ ਅਤੇ ਵਿੱਚ ਡਿਸਪਲੇ LEDs ਲੱਗੀਆਂ, ਇਸੇ ਤਰ੍ਹਾਂ ਸਲਾਈਡ ਇਨ ਰੇਂਜ ਆ ਜੀ, ਇਹ ਵੀ ਇਹਨਾਂ ਨੇ ਗੈਸ ਰੇਂਜ ਹੁਣੇ ਲਾਂਚ ਕੀਤਾ ਜੀ, ਇਹ ਵੀ ਇਸੇ ਤਰ੍ਹਾਂ ਸਮਜ ਪਰੂਫ ਸਟੇਨਲੈਸ ਸਟੀਲ ਦੇ ਨਾਲ ਆ,
BTUs ਬਹੁਤ ਹਾਈ ਕੱਢੀਆਂ, ਨਾਲ ਹੀ ਸ਼ੈਫ ਕਲੈਕਸ਼ਨ ਦਾ ਡਿਸ਼ਵਾਸ਼ਰ ਹੈ ਜੀ, ਸ਼ੈਫ ਕਲੈਕਸ਼ਨ ਦਾ ਹੀ ਇਹ ਸਟੋਵ ਆ ਜੀ, ਸ਼ੈਫ ਕਲੈਕਸ਼ਨ ਦਾ ਫਰਿੱਜ ਆ। ਇਹ ਤਿੰਨ ਆਈਟਮ ਦੀ ਜਿਹੜੀ ਕੀਮਤ ਆ 12,000 ਪਲੱਸ ਟੈਕਸ ਹੈ ਜੀ, ਪਰ ਟੌਪ ਚੋਇਸ ਇਲੈਕਟ੍ਰੋਨਿਕਸ ਦੇ ਉੱਤੇ ਤੁਸੀਂ ਚੈੱਕ ਕਰਕੇ ਪ੍ਰਾਈਸ ਆਉਣਾ ਜੀ 88.99 ਦੇ ਵਿੱਚ ਤੁਹਾਨੂੰ ਇਹ ਤਿੰਨੇ, ਚਾਹੇ ਗੈਸ ਰੇਂਜ ਲੈ ਲਓ ਚਾਹੇ ਇਲੈਕਟ੍ਰਿਕ ਲੈ ਲਓ, ਤਿੰਨੇ 88.99 ਦੇ ਵਿੱਚ ਤੁਹਾਨੂੰ ਤਿੰਨ ਪੀਸ ਬੰਡਲ ਜਿਹੜਾ ਸ਼ੈਫ ਕਲੈਕਸ਼ਨ ਦਾ ਮਿਲ ਜਾ ਕਰੂਗਾ ਜੀ। ਬਿਲਕੁਲ ਜੀ, ਜਿਹੜੇ ਹਾਈ ਐਂਡ ਦੇ ਜਿਹੜੇ ਤੁਸੀਂ ਅਪਲਾਈਸਿਸ ਲੈਣੇ ਨੇ ਤਾਂ ਵੀ ਤੁਸੀਂ ਇੱਥੇ ਪਹੁੰਚੋ, ਔਰ ਜੇ ਮੰਨ ਲਓ ਕਿਸੇ ਨੇ ਥੋੜ੍ਹੀ ਜਿਹੀ ਕਲੈਕਸ਼ਨ ਇੱਦਾਂ ਦੀ ਲੈਣੀ ਆ ਕਿ ਇੰਨੇ ਪੈਸੇ, ਹਾਂਜੀ ਇੰਨੇ ਪੈਸੇ ਨਹੀਂ ਖਰਚਣੇ, ਉਹਦੇ ਵਾਸਤੇ ਤੁਸੀਂ ਕੀ ਸੁਜੈਸਟ ਕਰੋਗੇ? ਕਸਟਮਰਸ ਕਈ ਵਾਰ ਰੈਂਟਲ ਪ੍ਰੋਪਰਟੀਜ਼ ਹੁੰਦੀਆਂ ਜਾਂ ਉਹਨਾਂ ਦੇ ਕੋਲ ਉਹਨਾਂ ਨੇ ਬੇਸਮੈਂਟਸ ਦੇ ਵਿੱਚ ਬੇਸਿਕ ਅਪਲਾਈਸ ਰੱਖਣੇ ਹੁੰਦੇ, ਕੋਇਲ ਟੌਪ ਦੇ ਨਾਲ ਆਉਂਦੇ ਆ ਜੀ, ਵਾਈਟ ਅਪਲਾਈਸ ਆਉਂਦੇ ਆ, ਜਾਂ ਜਿਹੜੇ ਥੋੜ੍ਹੇ ਜਿਹੇ ਹੋਰ ਹਾਈ ਜਿੱਦਾਂ ਮਡਿਓਕਰ ਲੈ ਲਓ, ਕਹਿ ਲਓ ਜੀ, ਫਰੀ ਸਟੈਂਡਿੰਗ ਹੀ ਹੁੰਦੇ, ਬਿਲਟਨ ਨਹੀਂ ਹੁੰਦੇ, ਉਹਦੇ ਵਿੱਚ ਤੁਹਾਨੂੰ ਆ ਰੇਂਜ ਸਾਰੀ ਫਰੀ ਸਟੈਂਡਿੰਗ ਦੀ ਲੱਗੀ ਹੋਈ ਹੈ ਜੀ। ਸੋ ਫਰੀ ਸਟੈਂਡਿੰਗ, ਸਿੰਗਲ ਓਵਨ, ਡਬਲ ਓਵਨ, ਗੈਸ ਟੌਪ, ਸਮੂਥ ਟੌਪ, ਜਾਂ ਫਿਰ ਕੁੱਕ ਟੌਪਸ ਲੈਣੇ, ਇੱਧਰ ਕੁੱਕ ਟੌਪਸ ਦੀ ਸਾਰੀ ਰੇਂਜ ਆ ਜੀ, ਤੁਸੀਂ ਦੇਖ ਸਕਦੇ ਆ। ਇੱਧਰ ਕਿਚਨ ਏਡ, ਵਰਲਪੂਲ, ਮੇ ਟੈਗ, ਇਲੈਕਟ੍ਰੋਲਕਸ, ਫਰਿਜਡੇਅਰ ਗੈਲਰੀ, ਗੈਸ ਰੇਂਜ, ਇਲੈਕਟ੍ਰਿਕ ਰੇਂਜ, ਜਾਂ ਫਿਰ ਡਿਸ਼ਵਾਸ਼ਰ ਦੀ ਸਾਰੀ ਲਾਈਨ ਤੁਹਾਨੂੰ ਮਿਲ ਜਾਂਦੀ ਹੈ ਜੀ। ਸੋ ਕਿਸੇ ਵੀ ਤਰ੍ਹਾਂ ਦਾ ਅਪਲਾਈਸ ਇਹਨਾਂ ਬ੍ਰਾਂਡਸ ਦੇ ਵਿੱਚੋਂ ਕੋਈ ਵੀ ਤੁਸੀਂ ਲੈਣਾ ਹੋਵੇ, ਇੱਕ ਵਾਰ ਮੈਂ ਰਿਕੁਐਸਟ ਕਰੂੰਗਾ ਚੱਕਰ ਜ਼ਰੂਰ ਲਾਓ, ਲਓ ਜਿੱਥੋਂ ਮਰਜ਼ੀ, ਇੱਕ ਵਾਰੀ ਟੌਪ ਚੋਇਸ ਦੀਆਂ ਟੌਪ ਪ੍ਰਾਈਸਿਸ ਜਿਹੜੀਆਂ ਚੈੱਕ ਜ਼ਰੂਰ ਕਰੋ ਜੀ। ਸੋ ਜਿਹੜੀਆਂ ਫਰਿੱਜਸ ਨੇ ਇਹਨਾਂ ਦੇ ਉੱਪਰ ਵੀ ਕੁਝ ਸਪੈਸ਼ਲ ਚੱਲ ਰਿਹਾ, ਜਾਂ ਜਿਹੜੇ SSTV ਦੇ ਦਰਸ਼ਕ ਨੇ ਉਹਨਾਂ ਨੂੰ ਕੁਝ ਸਪੈਸ਼ਲ ਦਿਓਗੇ? ਬਿਲਕੁਲ ਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਿਛਲੇ ਸੈਗਮੈਂਟ ਦੇ ਵਿੱਚ ਕਿ ਇਹ ਦੂਜਾ ਸਟੋਰ ਹੈ ਜੀ, ਗ੍ਰੈਂਡ ਓਪਨਿੰਗ ਹੋਣ ਕਾਰਨ ਤੁਹਾਨੂੰ ਜਿੰਨੇ ਵੀ ਅਪਲਾਈਸ ਆ, ਜਿੰਨੇ ਵੀ ਇਲੈਕਟ੍ਰੋਨਿਕਸ ਆ ਜਾਂ ਮੈਟਰ ਸੈਕਸ਼ਨ ਆ, ਸਾਰਿਆਂ ਦੇ ਉੱਤੇ ਗ੍ਰੈਂਡ ਓਪਨਿੰਗ ਸੇਲਸ ਜਿਹੜੀਆਂ ਲੱਗੀਆਂ ਹੋਈਆਂ, ਹਰ ਚੀਜ਼, ਹਰ ਆਈਟਮ ਐਕਸਕਲੂਸਿਵ ਜਿਹੜੀ ਪ੍ਰਾਈਸਿਸ ਦੇ ਉੱਤੇ ਟੌਪ ਚੋਇਸ ਲੱਗੀ ਹੋਈ ਜੀ। ਸੋ ਇਹ ਚਲੋ ਅਪਲਾਈਸਿਸ ਹੋ ਗਿਆ, ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਲਾਂਡਰੀ ਦੀ। ਸੋ ਕਿਉਂਕਿ ਜਿਹੜੀਆਂ ਮਸ਼ੀਨਾਂ ਨੇ ਜੀ, ਖਾਸ ਕਰਕੇ ਜਿਹੜੇ ਆਪਾਂ ਪੰਜਾਬੀ ਹਾਂ ਜੀ, ਉਹ ਹਾਈਜੈਨਿਕਲੀ ਬਹੁਤ ਕੌਂਸ਼ੀਅਸ ਹੁੰਦੇ ਆ, ਔਰ ਮਸ਼ੀਨਾਂ ਸਾਡੀਆਂ ਚੱਲਦੀਆਂ ਬਹੁਤ ਨੇ। ਜਿਹੜੇ ਘਰਾਂ ਦੇ ਵਿੱਚ ਜਿਹੜੇ ਨਾਲ ਰੈਂਟਲ ਵੀ ਨੇ, ਉਹਨਾਂ ਦੇ ਵਿੱਚ ਵੀ ਜਿਹੜੇ ਉਹ ਬੇਸਮੈਂਟ ਵਾਲੇ ਨੇ ਵੀ ਵਰਤਣੀਆਂ ਹੁੰਦੀਆਂ ਉੱਪਰ ਆ ਕੇ। ਸੋ ਜਿਹੜੀਆਂ ਇਹ ਫਰੰਟ ਲੋਡ ਜਾਂ ਫਿਰ ਟੌਪ ਲੋਡ, ਟੌਪ ਲੋਡ ਦਾ ਮੇਰੇ ਖਿਆਲ ਤਾਂ ਅੱਜ ਕੱਲ੍ਹ ਬਹੁਤਾ ਰਿਵਾਜ਼ ਨਹੀਂ ਰਿਹਾ ਕਿ, ਜਾਂ ਫਿਰ ਹਾਲੇ ਵਿਕਦੇ ਨੇ ਉਹ ਜੀ? ਹਰ ਤਰ੍ਹਾਂ ਦਾ ਕਸਟਮਰ ਹਰ ਵੇਲੇ ਮਾਰਕੀਟ 'ਚ ਹੁੰਦਾ ਜੀ, ਟੌਪ ਲੋਡ ਵੀ ਮਿਲ ਜਾਇਆ ਕਰਨਗੀਆਂ, ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਹਾਂ ਇਸ ਵੇਲੇ ਟੌਪ ਲੋਡ ਵਾਸ਼ਰ ਡਰਾਇਰ ਲੱਗਾ ਹੋਇਆ। ਇਸੇ ਤਰ੍ਹਾਂ ਜਿਹੜਾ ਬਿਗੈਸਟ ਵਾਸ਼ਰ ਡਰਾਇਰ ਜਿਹੜਾ ਇਸ ਵੇਲੇ ਸੈਮਸੰਗ ਨੇ ਕੱਢਿਆ ਜੀ, ਆਹ ਸਾਹਮਣੇ ਤੁਸੀਂ ਦੇਖ ਸਕਦੇ ਆ, ਟੌਪ ਲੋਡ ਦੇ ਵਿੱਚ ਵੀ ਅਤੇ ਫਰੰਟ ਲੋਡ ਦੇ ਵਿੱਚ ਵੀ ਵਰਲਡਸ ਲਾਰਜੈਸਟ ਵਾਸ਼ਰ ਡਰਾਇਰ ਹੈਗਾ ਜੀ, ਜਿਹਦੇ ਵਿੱਚ 2 ਕਿੰਗ ਸਾਈਜ਼ ਕੰਫਰਟਰ ਇਨ ਅ ਸਿੰਗਲ ਲੋਡ ਤੁਸੀਂ ਧੋ ਸਕਦੇ ਜੀ। ਸੋ ਮੈਂ ਕਸਟਮਰ ਨੂੰ ਇੱਕ ਵਾਰੀ ਖੋਲ੍ਹ ਕੇ ਵੀ ਦਿਖਾਉਣਾ ਚਾਹੂੰਗਾ ਜੀ। ਇਹ ਫਰੰਟ ਲੋਡ ਦੇ ਵਿੱਚ ਸੈਮਸੰਗ ਦਾ 10 ਸਾਲ ਦੀ ਟੱਬ ਵਾਰੰਟੀ ਦੇ ਨਾਲ ਆ ਰਿਹਾ ਜੀ, ਬਿਗੈਸਟ ਵਾਸ਼ਰ ਡਰਾਇਰ ਇਨ ਦਾ ਵਰਲਡ ਲਿਖਿਆ ਵੀ ਹੋਇਆ ਜੀ ਉੱਤੇ। ਸੋ ਇਹ ਕਸਟਮਰ ਲੈਣੇ ਹੋਣ, ਇਹ ਵੀ ਲੋਵੈਸਟ ਪ੍ਰਾਈਸ GTA ਦੇ ਵਿੱਚ ਗਰੰਟਿਡ ਕਰਾਂਗੇ ਜੀ। ਨਾਲ ਹੀ ਕਿਸੇ ਕਸਟਮਰ ਨੇ ਟੌਪ ਲੋਡ ਲੈਣੇ, ਇਹ ਵੀ ਸਭ ਤੋਂ ਵੱਡੇ ਸਾਈਜ਼ ਦੇ ਟੱਬ ਸਾਈਜ਼ ਦੇਖੋ ਜੀ, ਇੰਡੀਆ ਦੇ ਜਿਹੜੇ ਟੱਬ ਹੁੰਦੇ ਸੀ, ਬਾਕੀ ਟੱਬ ਲੱਗਦਾ ਦੇਖਣ ਉੱਥੋਂ ਜੀ ਵਿੱਚ ਬਹਿ ਕੇ ਨਾ ਲਓ ਜੀ ਜੀ ਬਿਲਕੁਲ। ਸੋ ਬਿਗੈਸਟ ਵਾਸ਼ਰ ਡਰਾਇਰ ਕਿਸ ਨੇ ਲੈਣੇ ਆ, ਉਹ ਵੀ ਹੈਗੇ ਜੀ ਇਧਰਲੇ ਪਾਸੇ, ਸੇਮ ਸੈਮਸੰਗ ਦੀ ਰੈਗੂਲਰ ਫੈਮਿਲੀਜ਼ ਵਾਸਤੇ 4.8 ਕਿਊਬਿਕ ਫੀਟ ਵਾਸ਼ਰ ਹੈ ਜੀ, 7.8 ਕਿਊਬਿਕ ਫੀਟ ਡਰਾਇਰ ਆ, ਮੀਡੀਅਮ ਸਾਈਜ਼ ਦੇ ਵਾਸ਼ਰ ਡਰਾਇਰ ਵੀ ਮਿਲ ਜਾਇਆ ਕਰਨਗੇ। ਸੋ ਦੋਸਤੋ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਅਪਲਾਈਸਿਸ ਖਰੀਦਣਾ ਨੇ, ਵਾਸ਼ਰ ਡਰਾਇਰ ਖਰੀਦਣੇ, ਡਿਸ਼ਵਾਸ਼ਰ ਖਰੀਦਣਾ, ਫਰਿੱਜਾਂ ਖਰੀਦਣੀਆਂ ਨੇ, ਔਰ ਇਹਨਾਂ ਦੇ ਕੋਲ ਆ ਕੇ ਇੱਕ ਵਾਰੀ ਇਹਨਾਂ ਦੀ ਡਿਸਪਲੇ ਜ਼ਰੂਰ ਦੇਖੋ, ਔਰ CN ਯਾਰਡ ਦੇ ਬਿਲਕੁਲ ਲਾਗੇ ਇੰਟਰ ਮਾਡਲ ਅਤੇ ਏਅਰਪੋਰਟ ਦੇ ਜਿਹੜਾ ਟਿਮ ਹੋਟਲ ਤਾਂ ਆਪਾਂ ਜਾਣਦੇ ਹਾਂ, ਉਦੋਂ ਜਦੋਂ ਤੁਸੀਂ ਧੌਣ ਘੁਮਾ ਕੇ ਦੇਖੋਗੇ ਤਾਂ ਚਿੱਟੇ ਰੰਗ ਦੀ ਬਿਲਡਿੰਗ ਆ, ਉਹਦੇ ਉੱਪਰ ਬਹੁਤ ਵਧੀਆ ਮੋਟਾ ਮੋਟਾ ਕਰਕੇ ਟੌਪ ਚੋਇਸ ਇਲੈਕਟ੍ਰੋਨਿਕਸ ਲਿਖਿਆ, ਔਰ ਇੱਥੇ ਤੁਸੀਂ ਇੱਕ ਚੱਕਰ ਜ਼ਰੂਰ ਮਾਰ ਕੇ ਜਾਇਓ। ਔਰ ਜਿਵੇਂ ਮੈਂ ਰੇਡੀਓ 'ਤੇ ਵੀ ਦੱਸਦਾ ਹੁੰਦਾ ਕਿ ਭਾਈ
ਆਮ ਤੌਰ ਦੇ ਉੱਪਰ ਜਿਹੜੇ ਤੁਸੀਂ ਮੇਨ ਸਟੋਰ ਆਪਣੀ ਕਮਿਊਨਿਟੀ ਦੇ ਵੀ ਦੇਖਦੇ ਹੋ ਜੀ, ਉਹ ਵੀ ਇਹਨਾਂ ਦੇ ਕੋਲੋਂ ਕਈ ਵਾਰੀ ਸਮਾਨ ਚੱਕਦੇ ਨੇ ਕਿਉਂਕਿ ਇਹ ਸੈਮਸੰਗ ਅਤੇ ਸੋਨੀ ਦੇ ਆਥੋਰਾਈਜ਼ ਡੀਲਰ ਨੇ ਔਰ ਸੋਨੀ ਦੀ ਕਿਸੇ ਹੋਰ ਦੇ ਕੋਲ ਏਜੰਸੀ ਜਿਹੜੀ ਆ ਆਪਣੇ ਦੇਸੀ ਕੋਲ ਹੈ ਨਹੀਂ, ਉਹ ਇਹਨਾਂ ਦੇ ਕੋਲ ਹੈ ਔਰ ਫਿਰ ਇਹ ਤੁਹਾਨੂੰ ਉਸੇ ਘੱਟ ਕੀਮਤ 'ਤੇ ਦੇ ਸਕਦੇ ਨੇ। ਔਰ ਤੁਸੀਂ ਇੱਕ ਵਾਅਦਾ ਜ਼ਰੂਰ ਕਰੋ ਵੀ ਜੇ ਕੋਈ ਬੰਦਾ ਫਲਾਇਰ ਲੈ ਕੇ ਆਉਂਦਾ ਤੁਹਾਡੇ ਕੋਲ ਵੀ ਆਹ ਮਾਡਲ ਜਿਹੜਾ ਜੀ ਫਲਾਨਾ ਬੰਦਾ ਇੰਨੇ ਦਾ ਵੇਚ ਰਿਹਾ ਅਤੇ ਤੁਸੀਂ ਉਹਦੀ ਪ੍ਰਾਈਜ਼ ਬੀਟ ਕਰਕੇ ਦਿਓਗੇ। ਬਿਲਕੁਲ ਜੀ, ਬਿਲਕੁਲ ਵਾਅਦਾ ਜੀ ਇਹ, ਕੋਈ ਐਡਵਰਟਾਈਜ਼ਡ ਪ੍ਰਾਈਜ਼ ਚਾਹੇ ਔਨਲਾਈਨ ਚਾਹੇ ਇਨ ਸਟੋਰ ਚਾਹੇ ਫਲਾਇਰ ਦੀ ਹੋਵੇ, ਬਿਲਕੁਲ ਬੀਟ ਕਰਕੇ ਦਿੱਤੀ ਜਾਊਗੀ ਜੀ। ਸੋ ਤੁਸੀਂ ਉਮੀਦ ਹੈ ਕਿ ਜ਼ਰੂਰ ਲਾਹਾ ਲਓਗੇ ਜੀ। ਸੋ ਲਈਏ ਛੁੱਟੀਆਂ ਜੀ। ਜੀ ਥੈਂਕ ਯੂ ਸੋ ਮਚ, ਰੱਬ ਰਾਖਾ।